ਏ ਯੂਨਾਈਟਿਡ ਨੇਸ਼ਨ ਦਾ ਰੈਕੋਗਨਾਈਜ਼ ਕੀਤਾ ਹੋਇਆ ਦਿਨ ਹੈ ਇਸ ਦਿਨ ਅਸੀਂ ਜਿਹੜੇ ਡਿਸੇਬਲ ਲੋਗ ਹੈ ਉਹਨਾਂ ਦੀ ਅਕੰਪਲਿਸ਼ਮੈਂਟਸ ਨੂੰ ਸੈਲੀਬ੍ਰੇਟ ਕਰਦੇ ਆ ਪਰ অলਸੋ ਅਸੀਂ ਗੱਲਬਾਤ ਕਰਦੇ ਆ ਕਿ ਹਾਲੇ ਵੀ ਉਹਨਾਂ ਨੂੰ ਕੀ ਮੁਸ਼ਕਲਾ ਜੜੀਆਂ ਹੈ ਉਹ ਆ ਰਹੀਆਂ ਦਿਨ ਬਦਿਨ ਆਪਣੇ এমਪਲੋਇਮੈਂਟ ਪਰਸੂ ਕਰਨ ਜਾਂ ਆਪਣੇ ਰਹਿਣ ਖਾਨ ਕੋਈ ਵੀ ਇਸ ਤਰ੍ਹਾਂ ਦੇ ਇਸ਼ੂ ਹੈ ਇਸ ਬਾਰੇ ਸਾਰੀ ਦੁਨੀਆ ਚ ਗੱਲਬਾਤ ਕੀਤੀ ਜਾਂਦੀ ਹੈ ਮੈਨੂੰ ਸਿੱਖੰਦ ਦਾ ਕਹਿਣਾ ਹੈ ਕਿ 2023 ਵਿੱਚ ਜਿੱਥੇ ਕਿ ਅਸੀਂ ਡਿਸੇਬਿਲਿਟੀਜ਼ ਨਾਲ ਜੁੜੇ ਮਸਲਿਆਂ ਨੂੰ ਪਹਿਲਾਂ ਤੋਂ ਜ਼ਿਆਦਾ ਸਮਝਣ ਲੱਗੇ ਹਾਂ ਪਰ ਹਾਲੇ ਵੀ ਸਾਉਦਿਸ਼ੀਅਨ ਪਰਿਵਾਰਾਂ ਵਿੱਚ ਇਸ ਬਾਬਤ ਚੇਤਨਾ ਦੀ ਕਮੀ ਹੈ 2023 ਹਾਲਾਂਕਿ ਬਹੁਤ ਸਾਰੇ ਦੇਸ਼ਾਂ ਦੇ ਐਕ্সেਸਿਬਿਲਟੀ ਦੇ ਕਾਨੂੰਨ ਬਣਾਉਂਦੇ ਹਨ ਜਿਦੇ ਕਰਕੇ ਡਿਸੇਬਲ ਲੋਕਾਂ ਨੂੰ ਐਜੂਕੇਸ਼ਨ এমਪਲॉयਮੈਂਟ ਤੇ ਰਿਕਰੀਏਸ਼ਨ ਬਹੁਤ ਸਾਰੀ ਫੈਸਿਲਿਟੀਆਂ ਮਿਲ ਗਈਆਂ ਹਨ ਸੁਗਮਤਾ ਬਹੁਤ ਹੋ ਗਈ ਹੈ ਜਿਸ ਤਰ੍ਹਾਂ ਕਿ ਐਕ্সেਸਿਬਿਲਟੀ ਵਧਨ ਨਾਲ ਉਹ ਟ੍ਰੇਨਸ ਲੈ ਸਕਦੇ ਆ ਬੱਸਿਸ ਲੈ ਸਕਦੇ ਆ ਸਕੂਲਾਂ ਚ ਜਾ ਸਕਦੇ ਆ ਪਰ ਫਿਰ ਵੀ ਹਲੇ ਕਿਉਂਕਿ ਐਟੀਟਿਊਡ ਡਿਸੇਬਿਲਟੀ ਬਾਰੇ ਨਹੀਂ ਬਦਲੇ ਹਨ ਇਸ ਕਰਕੇ ਅਸੀਂ ਦੇਖਦੇ ਆ ਕਿ ਉਹ ਸਹੂਲਤਾਂ ਹੋਣ ਦੇ ਬਾਵਜੂਦ ਡਿਸੇਬਲ ਲੋਕਾਂ ਦੇ ਨਾਲ ਹਲੇ ਵੀ ਬਹੁਤ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਤੇ ਹਲੇ ਵੀ ਪਰਿਵਾਰਾਂ ਚ ਉਹਨਾਂ ਦਾ ਉਹਨਾਂ ਦੀ ਉਹਨਾਂ ਨੂੰ ਇੰਨਾ ਮਹੱਤਵ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਨਾਨ ਡਿਸੇਬਲ ਜਾਂ ਏਬਲ ਬੋਡੀ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਸਿਕੰਦ ਲੰਬੇ ਸਮੇਂ ਤੋਂ ਡਿਸੇਬਿਲਿਟੀਆਂ ਅਤੇ ਪਹੁੰਚਯੋਗਤਾ ਨਾਲ ਜੁੜੇ ਮਾਮਲਿਆਂ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਅਤੇ ਕੋਵਿਡ ਤੋਂ ਬਾਅਦ ਡਿਸੇਬਿਲਿਟੀਆਂ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ ਨੇ ਕੋਵਿਡ ਚ ਅਸੀਂ ਇੱਕ ਦੇਖਿਆ ਕਿ ਟੈਕਨੋਲੋਜੀ ਨੇ ਬਹੁਤ ਵੱਡੀ ਭੂਮਿਕਾ ਪਲੇ ਕੀਤੀ ਹੈ ਕਿ ਲੋਕੀਂ ਕਰੋ ਕੰਮ ਕਰ ਸਕਦੇ ਆ ਲੋਕੀਂ ਡਿਜੀਟਲ ਐਕਸੈਸ ਸਰਵਿਸਿਜ਼ ਦੀ ਕਰ ਸਕਦੇ ਆ ਪੜਾਈ ਦੂਰਾਂ ਦਰਾਜੋਂ ਕਰ ਸਕਦੇ ਆ ਦੇ ਆਈ थिंक ਉਹਦੇ ਨਾਲ ਜਿਹੜਾ ਕਿ ਇਨਫਰਾਸਟ੍ਰਕਚਰ ਬੈਰੀਅਰਸ ਜਿਹੜੇ ਪਹਿਲੇ ਜਿਹੜੇ ਡਿਸੇਬਲ ਲੋਕ ਸੀ ਉਹਨਾਂ ਕ ਉਹਨਾਂ ਨੂੰ ਇਨਫਰਾਸਟ੍ਰਕਚਰ ਦੀ ਇਨਐਕਸੈਸੀਬਿਲਟੀ ਕਰਕੇ ਜਦੋਂ ਉਹ ਸੇਵਾਵਾਂ ਨਹੀਂ ਲੈ ਸਕਦੇ ਸੀਗੇ ਹੁਣ ਉਹ ਸੁਵਿਧਾਵਾਂ ਸਾਰਿਆਂ ਨੂੰ ਮਿਲਦੀਆਂ ਤੇ ਉਹਨਾਂ ਨੂੰ ਵੀ ਮਿਲਦੀਆਂ ਪਰ ਕੋਵਿਡ ਨੇ ਜਿਹੜਾ ਹੈਗਾ ਉਹ ਡਿਫਰੈਂਸ ਏਬਲ অর ਨਾਨ ਡਿਸੇਬਲ ਦੇ ਵਿੱਚੋਂ ਹਟਾਤਾ ਹੈ ਕਿ ਡਿਜੀਟਲ ਸਰਵਿਸਿਜ਼ ਸਾਰੇ ਐਕਸੈਸ ਕਰ ਸਕਦੇ ਆ ਡਿਜੀਟਲ ਐਜੂਕੇਸ਼ਨ ਡਿਸਟੈਂਟ ਐਜੂਕੇਸ਼ਨ ਅ ਪੋਸਿਬਿਲਿਟੀ ਹੈਗੀ ਹੈ ਸੋ ਅਸੀਂ ਜੇ ਉਹ ਕੰਟੀਨਿਊ ਕਰੀਏ ਜੋ ਕਿ ਅਸੀਂ ਪਰਿਵਰਤਨਾ ਸੀ ਕੋਵਿਡ ਦੇ ਡਿਊਰੇਸ਼ਨਸ ਲੈ ਆਏ ਉਹਦੇ ਨਾਲ ਆਈ Think ਡਿਸੇਬਲ ਲੋਕਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਮਿਲੇਗੀ ਕਿ ਉਹ ਕੰਮ ਵੀ ਕਰ ਸਕਣ ਪੜਾਈ ਵੀ ਕਰ ਸਕਣ ਤੇ ਬਾਕੀ ਜਿਹੜੀ ਸਰਵਿਸਿਜ਼ ਆ ਉਹਨਾਂ ਚ ਵੀ ਹਿੱਸਾ ਲੈ ਸਕਣ ਅਗਰ ਪਹੁੰਚ ਯੋਗਤਾ ਦੇ ਪੱਖ ਤੋਂ ਵੇਖੀਏ ਤਾਂ ਸਿਕੰਦ ਮੰਨਦੇ ਨੇ ਕਿ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਤਰੱਕੀ ਵੇਖਣ ਨੂੰ ਮਿਲੀ ਹੈ 2023 ਚ ਜਿਹੜੀ ਹੈ ਐਕਸੈਸਿਬਿਲਟੀ ਹੈ ਇਫ ਕਾਫੀ ਹੱਦ ਤੱਕ ਅ ਅੱਛੀ ਹੋ ਚੁੱਕੀ ਹੈ ਸੁਮੇਜੇ ਤੁਹਾਨੂੰ ਐਗਜ਼ਾਮਪਲ ਦਾ ਕਿ ਅੱਜ ਜੇ ਕਿਸੇ ਨੇ ਆਪਣੇ ਘਰ ਤੋਂ ਡਾਊਨ ਟਾਊਨ ਟੋਰਾਂਟੋ ਜਾਣਾ ਹੈਗਾ ਉਨੂੰ ਕਈ ਮੋਡ ਆਫ ਟਰਾਂਸਪੋਰਟੇਸ਼ਨ ਅਵੇਲੇਬਲ ਹੈ ਚਾਹੇ ਉਹ ਟ੍ਰੇਨ ਲੈ ਸਕਦੇ ਆ ਚਾਹੀ ਉਹ ਬੱਸ ਲੈ ਸਕਦੇ ਆ ਤੇ ਆਲਸੋ ਜੇ ਉਥੇ ਜਾ ਤੇ ਜੇ ਕਿਸੇ ਹੋਟਲ ਚ ਜਾਣਾ ਹੈ ਕਿਸੇ ਰੈਸਟੋਰੈਂਟ ਚ ਜਾਣਾ ਹੈ ਬਹੁਤ سارے ਰੈਸਟੋਰੈਂਟ ਵੀ ਐਕਸੈਸਿਬਲ ਹੈ ਜੇ ਕੋਈ ਬਲਾਈਂਡ ਹੈ ਉਹਨੂੰ ਮੀਨੂ ਵੀ ਉਥੇ ਮਿਲ ਸਕਦਾ ਜਿਹਦੇ ਚ ਕਿ ਉਹ ਬ੍ਰੇਲ ਜਾਂ ਵੱਡੇ ਅੱਖਰਾਂ ਨਾਲ ਲਿਖਿਆ ਮੀਨੂ ਦੇਖ ਕੇ ਆਪਣਾ ਆਰਡਰ ਖੁਦ ਕਰ ਸਕਦੇ ਆ ਜੋ ਪ੍ਰਗਤੀ ਤਾਂ ਬਹੁਤ ਜ਼ਿਆਦਾ ਹੋਈ ਹੈ ਮੇਨੂ ਸਿਕੰਦ ਦਾ ਮੰਨਣਾ ਹੈ ਕਿ ਡਿਸੇਬਿਲਿਟੀਆਂ ਨੂੰ ਲੈ ਕੇ ਹੋਰ ਗੱਲਬਾਤ ਹੋਣਾ ਲਾਜ਼ਮੀ ਹੈ ਅਤੇ ਇਸ ਦੇ ਸੰਬੰਧ ਵਿੱਚ ਇੱਕ ਸਾਰਥਕ ਪਹੁੰਚ ਲੈ ਕੇ ਆਉਣੀ ਲਾਜ਼ਮੀ ਹੈ ਤਾਂ ਕਿ ਹਰ ਉਮਰ ਵਰਗ ਅਤੇ ਸ਼ਮਤਾ ਦੇ ਲੋਕ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ ਇੱਕ ਐਮਪਲੋਇਰ ਜਦੋਂ ਤੱਕ ਉਹ ਪੂਰੀ ਤਰ੍ਹਾਂ ਆਪਣੇ ਐਮਪਲੋਇਜ਼ ਨੂੰ ਅਕਾਮੋਡੇਟ ਨਹੀਂ ਕਰੇਗਾ ਡਿਸਕ੍ਰਿਮੀਨੇਸ਼ਨ ਨਹੀਂ ਛੱਡੇਗਾ ਉਹ ਐਮਪਲੋਈ ਕਦੀ ਵੀ ਸਕਸੈਸਫੁਲ ਨਹੀਂ ਹੋ ਸਕਦਾ ਸੇਮ ਇ ਸਟੂਡੈਂਟਸ ਯੂ نو ਉਹ ਤਾਂ ਹੀ ਸਕਸੈਸਫੁਲ ਹੋਣਗੇ ਜੇ ਉਹਨਾਂ ਦੇ ਸਕੂਲ ਸਕਸੈਸ ਐਕ세ਸਿਬਲ ਹੈਗੇ ਆ ਪਰ ਉਹਨਾਂ ਦੇ ਟੀਚਰਸ ਵੀ ਇਸ ਗੱਲ ਨੂੰ ਧਿਆਨ ਰੱਖਣ ਕਿ ਸਟੂਡੈਂਟਸ ਦੀ ਕੀ ਅਬਿਲਿਟੀਆਂ ਹੈਗੀਆਂ ਆ